पंजाब दे कई लोगों ने काली दिवाली भी मनाई। मरहूम पंजाबी गायक शुभदीप सिंह सिद्धू मूसेवाले नूं इंसाफ ना मिलने दे रोस वजों मानसा जिले के कई पिंडां ने काली दिवाली मनाउण दा ऐलान किया। गायक दी स्मारक ते पहुंच के प्रशंसकां ने सिरां ते कालियां पट्टियां बन्न के ते मशालां बाल के मरहूम गायक नूं श्रद्धांजलि भेंट की। इस मौके वैरागमई कीर्तन भी किया गया। पिंड मूसा तो इलावा जवार के बुरज ढिलवां जोगा रामदित्ते वाला खोखर सद्दा सिंह वाला गेले गागोवाल आदि पिंडां ने भी इस वारी काली दिवाली मनाई। लोगों ने सरकार खिलाफ रोस जाहिर करदिया छेती तो छेती ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦੀ ਮੰਗ ਕੀਤੀ ਹੈ। ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਦੂਰੋਂ ਨੇੜੇ ਪਹੁੰਚਦੀ ਹੈ, ਪਰ ਆਪਣਾ ਮਕਸਦ ਸਭ ਦਾ ਇੱਕੋ ਹੀ ਹੈ, ਜਸਟਿਸ ਮਿਲੇ ਕਿਸੇ ਤਰੀਕੇ। ਜਿਹਦੀ ਸੰਭਾਵਨਾ ਬਹੁਤ ਘੱਟ ਨਜ਼ਰ ਆ ਰਹੀ ਹੈ, ਕਿਉਂਕਿ ਮੈਂ ਆਮ ਹਫ਼ਤਾਵਾਰੀ ਪ੍ਰੋਗਰਾਮ ਦੇ ਵਿੱਚ ਵੀ ਇਹ ਗੱਲ ਕਹਿੰਦਾ ਹੁੰਦਾ ਕਿ ਚੋਰਾਂ ਨਾਲ ਕੁੱਤੀਆਂ ਰਹਿ ਚੁੱਕੀਆਂ ਨੇ ਵੀਰੋ, ਇਕੱਲੇ ਗੈਂਗਸਟਰਾਂ ਦਾ ਇਹ ਖੂਨੀ ਖੇਲ ਖੇਲਣ ਦਾ ਕੰਮ ਨਹੀਂ ਹੈ। ਉਹਨਾਂ ਨਾਲ ਤਸਕਰ ਵੀ ਰਲ ਗਏ ਅਤੇ ਬਦਕਿਸਮਤੀ ਨਾਲ ਸਾਡੇ ਕੁਛ ਪ੍ਰਸ਼ਾਸਕੀ ਜਿਨ੍ਹਾਂ ਨੇ ਇਸ ਬੁਰਾਈ ਨੂੰ ਖਤਮ ਕਰਨਾ ਹੈ, ਉਹਨਾਂ ਦਾ ਵੀ ਕਿਤੇ ਨਾ ਕਿਤੇ ਵਿੱਚ ਇਹਦੇ ਹੱਥ ਨਜ਼ਰ ਆਉਂਦਾ ਹੈ। ਸੋ ਇਹ ਜਿਹੜੀ ਬੁਰਾਈ ਹੈ ਬਹੁਤ ਭਿਆਨਕ ਰੂਪ ਧਾਰਨ ਕਰਦੀ ਜਾ ਰਹੀ ਹੈ। ਜੇ ਇਵੇਂ ਜਿਵੇਂ ਚੱਲਦਾ ਰਿਹਾ ਤਾਂ ਆਉਣ ਵਾਲੇ 2 ਸਾਲਾਂ ਦੇ ਵਿੱਚ ਮੈਨੂੰ ਲੱਗਦਾ ਕਿ ਸਾਥੋਂ ਦਾਊਦ ਗਿਣੇ ਨਹੀਂ ਜਾਣੇ ਪੰਜਾਬ 'ਚ ਕਿੰਨੇ ਹੋ ਗਏ। ਤੁਸੀਂ ਇਹ ਵੀ ਗੱਲ ਭਲੀ ਭਾਂਤ ਜਾਣ ਦਿਓ ਵੀ ਆਪਣੇ ਗੁਆਂਢ ਦੇ ਵਿੱਚ ਇੱਕ ਮੁੰਡਾ ਗੈਂਗਸਟਰ ਬਣਿਆ ਜਿਹਨੇ 14 ਬੰਦੇ ਥੱਲੇ ਆਪਣੇ ਕੰਮ ਕਰਨ ਲਾ ਲਿਆ। ਸ਼ਾਇਦ ਇਹੋ ਜਿਹਾ ਕੋਈ ਮੁਲਾਜ਼ਮ ਜਾਂ ਇਹੋ ਜਿਹਾ ਕੋਈ ਕਾਰੋਬਾਰੀ ਛੱਡਿਆ ਹੋਵੇ ਜਿਹਨੂੰ ਉਹਨਾਂ ਨੇ ਫੋਨ ਨਾ ਕੀਤਾ ਹੋਵੇ ਫਰੋਤੀ ਦਾ। ਅਤੇ ਇਹੋ ਜਿਹੇ ਹਾਲਾਤ ਅੱਜ ਦੇ ਲੋਕਤੰਤਰ ਦੇ ਵਿੱਚ, ਅੱਜ ਦੇ ਰੰਗਲੇ ਪੰਜਾਬ ਦੇ ਵਿੱਚ ਇਹੋ ਜਿਹੇ ਹਾਲਾਤ ਬਣ ਜਾ ਰਹੇ ਨੇ ਜਿਹਨੂੰ ਵੇਖ ਕੇ ਵਾਕਈ ਚਿੰਤਾ ਕਰਨੀ ਬਣਦੀ ਹੈ। ਸਾਡੇ ਯੂਥ ਨੂੰ ਇੱਕ ਨਸ਼ੇੜੀ ਦੇ ਰੂਪ ਦੇ ਵਿੱਚ ਦੇਖਣਾ ਚਾਹੁੰਦੇ ਆ। ਜਿਹੜਾ ਕੋਈ ਤਰੱਕੀ ਕਰਦਾ ਉਹਨੂੰ ਮਾਰ ਦਿੱਤਾ ਜਾਂਦਾ, ਜਿਹੜਾ ਦੂਜਾ ਉਹਨੂੰ ਨਸ਼ਿਆਂ ਦੀ ਸਪਲਾਈ ਦੇ ਦੇ ਕੇ ਨਕਾਰਾ ਕਰ ਦਿੱਤਾ ਜਾਂਦਾ। ਕੋਈ ਵੀ ਸਰਕਾਰਾਂ ਜਾਂ ਕੋਈ ਇਹ ਗੁੰਡੇ ਅਨਸਰ ਨਹੀਂ ਚਾਹੁੰਦੇ ਕੋਈ ਬੰਦਾ ਇਹਨਾਂ ਨੇ ਅੱਖਾਂ 'ਚ ਅੱਖਾਂ ਪਾ ਕੇ ਇਹਨਾਂ ਨੂੰ ਅੱਗੋਂ ਚੈਲੇਂਜ ਕਰਨ ਵਾਲਾ ਹੋਵੇ। ਇਹ ਵੀਰੋ ਸਾਡੇ ਸਾਰੇ ਯੂਥ ਨੂੰ ਨਕਾਰਾ ਕਰਨ 'ਤੇ ਤੁਲਿਆ। इस दे नाल ही पंजाबी गायक अते अदाकार बब्बू मान ने भी इस वार काली दिवाली मनाउण दा फैसला लिया। अपने इंस्टाग्राम अते होर सोशल मीडिया पेजां ते पोस्ट पाई विच बब्बू मान ने कहा है कि विछड़े गबरुआं दा अफसोस है, बंदी सिंह रिहा नहीं होए रोस है, लिखतां नाल तोड़ा लावांगे, ऐतकी दिवाली काली मनावांगे। यानी कि बंदी सिंघां दी रिहाई ना होण दे रोस विच अते जो पंजाब दे विच नौजवान मारे जा रहे ने, विछड़े गबरू ने जिहड़े उहनां दे विच किहनां दा जिक्र कर रहे ने बब्बू मान, इह तां स्पष्ट तौर ते नहीं कहा जा सकदा। पर पिछले समें दे विच दीप सिद्धू, ਦੀਪ ਸਿੰਘ ਨੰਗਲ ਅੰਬੀਆਂ ਜਾਂ ਫਿਰ ਸਿੱਧੂ ਮੂਸੇਵਾਲਾ, ਇਹਨਾਂ ਦੇ ਜਿਸ ਤਰੀਕੇ ਦੇ ਨਾਲ ਬੇਰਹਿਮੀ ਦੇ ਨਾਲ ਮੌਤਾਂ ਇਹਨਾਂ ਦੀਆਂ ਹੋਈਆਂ ਨੇ, ਕਤਲ ਹੋਏ ਨੇ, ਉਸ ਦਾ ਜ਼ਿਕਰ ਹੁੰਦਾ ਰਿਹਾ ਹੈ। ਸੋ ਹੋ ਸਕਦਾ ਹੈ ਕਿ ਬੱਬੂ ਮਾਨ ਉਹੀ ਗੱਲ ਕਰ ਰਹੇ ਹੋਣ। ਅਤੇ ਇਸੇ ਤਰ੍ਹਾਂ ਪੰਜਾਬ ਦੇ ਹੋਰ ਬਹੁਤ ਸਾਰੇ ਵੱਖ ਵੱਖ ਵਰਗਾਂ ਦੇ ਲੋਕ ਜਿਨ੍ਹਾਂ ਨੂੰ ਰੁਜ਼ਗਾਰ ਨਹੀਂ ਮਿਲਿਆ, ਜਿਹੜੇ ਬੇਰੁਜ਼ਗਾਰ ਨੇ, ਜਿਨ੍ਹਾਂ ਦੀਆਂ ਮੰਗਾਂ ਸਰਕਾਰ ਨਹੀਂ ਮੰਨ ਰਹੀ, ਅਜਿਹੇ ਬਹੁਤ ਸਾਰੇ ਲੋਕ ਸਨ ਜਿਨ੍ਹਾਂ ਨੇ ਦਿਵਾਲੀ ਵਾਲੇ ਦਿਨ ਦੀਵੇ ਨਹੀਂ ਬਾਲੇ ਬਲਕਿ ਕਾਲੀ ਦਿਵਾਲੀ ਮਨਾਈ।